ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਸੀਗਾ ਇਹਨਾਂ ਨੂੰ ਕਿ ਮੈਂ ਮਤਲਬ ਥੋੜ੍ਹਾ ਜਿਹੀ ਨਾ ਪ੍ਰੋਬਲਮ ਆ ਮੈਨੂੰ ਜਾਂ ਕੁਛ ਫਿਜ਼ੀਕਲੀ ਫਿੱਟ ਨਹੀਂ ਹੈਗਾ? ਨਹੀਂ ਵੀਰੇ, ਮੈਂ ਕੁਛ ਨਹੀਂ ਦੱਸਿਆ ਸੀ ਇਹਨਾਂ ਨੂੰ, ਮੈਨੂੰ ਇਹ ਸੀ ਕਿ ਮੈਂ ਦੱਸਾਂਗਾ ਜ਼ਰੂਰ, ਪਰ ਕੋਈ ਟਾਈਮ ਆਉਣ 'ਤੇ ਦੱਸਾਂਗਾ, ਪਰ ਮੈਂ ਇਹਨਾਂ ਨੂੰ ਹਾਂ ਜ਼ਰੂਰ ਸਾਡੀ ਗੱਲ ਹੁੰਦੀ ਸੀ ਨਾ, ਮੈਂ ਸਿਰਫ ਇਹੀ ਗੱਲ ਕਹਿੰਦਾ ਸੀ ਵੀ ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ, ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ। ਇਹ ਕਹਿੰਦੇ ਹੁਣ ਤੂੰ ਖੁਸ਼ ਹੈ ਵੀ ਮੈਂ ਤੈਨੂੰ ਨਹੀਂ ਛੱਡਦੀ। ਮੈਂ ਦੀਦੀ ਨੂੰ ਇਹ ਜਵਾਬ ਦੇਤਾ ਵੀ ਕੋਈ ਨਾ, ਤਾਂ ਇਹ ਤੁਹਾਡੇ ਲੱਤਾਂ ਨਹੀਂ, ਤੁਸੀਂ ਬਾਹਾਂ ਨਹੀਂ, ਤੁਸੀਂ ਠੀਕ ਹੈ ਮੇਰੇ ਵੱਲੋਂ ਹਾਂ ਇਹ ਨਾ, ਤਾਂ ਮੈਂ ਤੁਹਾਨੂੰ ਹਾਂ ਕਹਿਤੀ, ਮੈਂ ਤੁਹਾਡੇ ਨਾਲ ਖੜਾਂਗੀ। ਮੈਨੂੰ ਨਾ ਪਰਮਾਤਮਾ ਨੇ ਜੋ ਮੇਰੀ ਜ਼ਿੰਦਗੀ 'ਚ ਲਿਖਤਾ ਨਾ, ਮੈਨੂੰ ਤੁਸੀਂ ਮਨਜ਼ੂਰ ਹੋ, ਮੈਂ ਵਾਪਸ ਨਹੀਂ ਜਾਂਦੀ, ਮੈਨੂੰ ਕਬੂਲ ਹੋ। ਭਾਵੁਕ ਵੀ ਹੋ ਰਹੇ ਹੋ ਮਾੜਾ ਮਾੜਾ। ਹਾਂਜੀ, ਮੇਰੇ ਫਾਦਰ ਸਾਹਿਬ ਵਿਚਾਰੇ ਕਰਦੇ ਨੇ, ਮੈਂ ਮੇਰਾ ਸਰੀਰ ਸੈੱਟ ਹੁੰਦਾ, ਮੈਂ ਕਿਤੇ ਫੈਕਟਰੀ 'ਚ ਲੱਗ ਜਾਂਦਾ ਜਾਂ ਕੋਈ ਹੈਲਪ ਕਰਦਾ ਉਹਨਾਂ ਦੀ ਮੈਂ, ਪਰ ਪਰਮਾਤਮਾ ਨੇ ਇਸ ਕਾਬਲ ਨਹੀਂ ਬਣਾਇਆ ਮੈਨੂੰ ਕਿ ਮੈਂ ਉਹਨਾਂ ਦੀ ਕੁਝ ਹੈਲਪ ਕਰ ਸਕਾਂ ਜਾਂ ਕੁਝ ਵੀ, ਹੈ ਨਾ। ਅਤੇ ਬਸ ਇਹੀ ਗੱਲ ਦਾ ਦੁੱਖ ਰਹਿੰਦਾ ਸੀ ਮਨ 'ਚ ਫਿਰ, ਅਤੇ ਬਸ ਮਾਂ ਪਿਓ ਨੇ ਹੀ ਸਾਥ ਦਿੱਤਾ ਜੀ। ਅਤੇ ਇੱਕ ਮੇਰਾ ਵੀਰ ਗੁਰਜੰਟ UK ਤੋਂ, ਮੇਰਾ ਮੇਰੇ ਤਾਏ ਦਾ ਮੁੰਡਾ, ਮਤਲਬ ਕਿ ਸ਼ਰੀਕੇ 'ਚ ਸਾਡੇ 'ਚ ਸੱਕਿਆ ਤਾਂ ਨਹੀਂ ਪਰ ਮੇਰਾ ਸੱਕਿਆ ਤੋਂ ਵੱਧ ਕੇ, ਉਹਨੇ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਨਾਂਹ ਨਹੀਂ ਕੀਤੀ, ਨਾ ਕਦੇ ਜਵਾਬ ਦਿੱਤਾ, ਮੇਰੇ ਨਾਲ ਹਰੇਕ ਸਪੋਰਟ ਕੀਤੀ ਹੈ ਕਿ ਜੇ ਹੱਥ ਫੜੂੰਗਾ ਤਾਂ ਸਿਵਿਆਂ ਤੱਕ ਫੜੂੰਗਾ, ਨਹੀਂ ਤਾਂ ਫੜੂੰਗਾ ਹੀ ਨਹੀਂ। ਉਹ ਸਟੈਂਡ ਤਾਂ ਹੈਗਾ ਨਾ ਫਿਰ ਉਸ ਚੀਜ਼ ਦਾ? ਹੈਗਾ ਜੀ, ਹੈਗਾ ਉਹ ਸਟੈਂਡ ਹੈਗਾ ਇਹਨਾਂ ਦਾ ਜੀ। ਬਸ ਇਹ ਮੈਨੂੰ ਆ, ਮੇਰਾ ਕੋਈ ਸਾਥ ਨਾ ਦੇਵੇ, ਬਸ ਇਹ ਹੈਗੇ ਆ ਮੇਰੇ ਨਾਲ, ਠੀਕ ਆ। ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਸੀਗਾ ਇਹਨਾਂ ਨੂੰ ਕਿ ਮੈਂ ਮਤਲਬ ਥੋੜ੍ਹਾ ਜਿਹੀ ਨਾ ਪ੍ਰੋਬਲਮ ਆ ਮੈਨੂੰ ਜਾਂ ਕੁਛ ਫਿਜ਼ੀਕਲੀ ਫਿੱਟ ਨਹੀਂ ਹੈਗਾ? ਨਹੀਂ ਵੀਰੇ, ਮੈਂ ਕੁਛ ਨਹੀਂ ਦੱਸਿਆ ਸੀ ਇਹਨਾਂ ਨੂੰ, ਮੈਨੂੰ ਇਹ ਸੀ ਕਿ ਮੈਂ ਦੱਸਾਂਗਾ ਜ਼ਰੂਰ, ਪਰ ਕੋਈ ਟਾਈਮ ਆਉਣ 'ਤੇ ਦੱਸਾਂਗਾ, ਪਰ ਮੈਂ ਇਹਨਾਂ ਨੂੰ ਹਾਂ ਜ਼ਰੂਰ ਸਾਡੀ ਗੱਲ ਹੁੰਦੀ ਸੀ ਨਾ, ਮੈਂ ਸਿਰਫ ਇਹੀ ਗੱਲ ਕਹਿੰਦਾ ਸੀ ਵੀ ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ, ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ। ਇਹ ਕਹਿੰਦੇ ਹੁਣ ਤੂੰ ਖੁਸ਼ ਹੈ ਵੀ ਮੈਂ ਤੈਨੂੰ ਨਹੀਂ ਛੱਡਦੀ। ਮੈਂ ਦੀਦੀ ਨੂੰ ਇਹ ਜਵਾਬ ਦੇਤਾ ਵੀ ਕੋਈ ਨਾ, ਤਾਂ ਇਹ ਤੁਹਾਡੇ ਲੱਤਾਂ ਨਹੀਂ, ਤੁਸੀਂ ਬਾਹਾਂ ਨਹੀਂ, ਤੁਸੀਂ ਠੀਕ ਹੈ ਮੇਰੇ ਵੱਲੋਂ ਹਾਂ ਇਹ ਨਾ, ਤਾਂ ਮੈਂ ਤੁਹਾਨੂੰ ਹਾਂ ਕਹਿਤੀ, ਮੈਂ ਤੁਹਾਡੇ ਨਾਲ ਖੜਾਂਗੀ। ਮੈਨੂੰ ਨਾ ਪਰਮਾਤਮਾ ਨੇ ਜੋ ਮੇਰੀ ਜ਼ਿੰਦਗੀ 'ਚ ਲਿਖਤਾ ਨਾ, ਮੈਨੂੰ ਤੁਸੀਂ ਮਨਜ਼ੂਰ ਹੋ, ਮੈਂ ਵਾਪਸ ਨਹੀਂ ਜਾਂਦੀ, ਮੈਨੂੰ ਕਬੂਲ ਹੋ। ਭਾਵੁਕ ਵੀ ਹੋ ਰਹੇ ਹੋ ਮਾੜਾ ਮਾੜਾ। ਹਾਂਜੀ, ਮੇਰੇ ਫਾਦਰ ਸਾਹਿਬ ਵਿਚਾਰੇ ਕਰਦੇ ਨੇ, ਮੈਂ ਮੇਰਾ ਸਰੀਰ ਸੈੱਟ ਹੁੰਦਾ, ਮੈਂ ਕਿਤੇ ਫੈਕਟਰੀ 'ਚ ਲੱਗ ਜਾਂਦਾ ਜਾਂ ਕੋਈ ਹੈਲਪ ਕਰਦਾ ਉਹਨਾਂ ਦੀ ਮੈਂ, ਪਰ ਪਰਮਾਤਮਾ ਨੇ ਇਸ ਕਾਬਲ ਨਹੀਂ ਬਣਾਇਆ ਮੈਨੂੰ ਕਿ ਮੈਂ ਉਹਨਾਂ ਦੀ ਕੁਝ ਹੈਲਪ ਕਰ ਸਕਾਂ ਜਾਂ ਕੁਝ ਵੀ, ਹੈ ਨਾ। ਅਤੇ ਬਸ ਇਹੀ ਗੱਲ ਦਾ ਦੁੱਖ ਰਹਿੰਦਾ ਸੀ ਮਨ 'ਚ ਫਿਰ, ਅਤੇ ਬਸ ਮਾਂ ਪਿਓ ਨੇ ਹੀ ਸਾਥ ਦਿੱਤਾ ਜੀ। ਅਤੇ ਇੱਕ ਮੇਰਾ ਵੀਰ ਗੁਰਜੰਟ UK ਤੋਂ, ਮੇਰਾ ਮੇਰੇ ਤਾਏ ਦਾ ਮੁੰਡਾ, ਮਤਲਬ ਕਿ ਸ਼ਰੀਕੇ 'ਚ ਸਾਡੇ 'ਚ ਸੱਕਿਆ ਤਾਂ ਨਹੀਂ ਪਰ ਮੇਰਾ ਸੱਕਿਆ ਤੋਂ ਵੱਧ ਕੇ, ਉਹਨੇ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਨਾਂਹ ਨਹੀਂ ਕੀਤੀ, ਨਾ ਕਦੇ ਜਵਾਬ ਦਿੱਤਾ, ਮੇਰੇ ਨਾਲ ਹਰੇਕ ਸਪੋਰਟ ਕੀਤੀ ਹੈ ਕਿ ਜੇ ਹੱਥ ਫੜੂੰਗਾ ਤਾਂ ਸਿਵਿਆਂ ਤੱਕ ਫੜੂੰਗਾ, ਨਹੀਂ ਤਾਂ ਫੜੂੰਗਾ ਹੀ ਨਹੀਂ। ਉਹ ਸਟੈਂਡ ਤਾਂ ਹੈਗਾ ਨਾ ਫਿਰ ਉਸ ਚੀਜ਼ ਦਾ? ਹੈਗਾ ਜੀ, ਹੈਗਾ ਉਹ ਸਟੈਂਡ ਹੈਗਾ ਇਹਨਾਂ ਦਾ ਜੀ। ਬਸ ਇਹ ਮੈਨੂੰ ਆ, ਮੇਰਾ ਕੋਈ ਸਾਥ ਨਾ ਦੇਵੇ, ਬਸ ਇਹ ਹੈਗੇ ਆ ਮੇਰੇ ਨਾਲ, ਠੀਕ ਆ।